नमस्कार, तुसी देख रहे हो दैनिक सवेरा टीवी ते। इस वक्त दी वड्डी खबर पंजाब दे सियासी हलकियां तो आ रही है। वड्डी खबर कि पंजाब दे साबका मिनिस्टर आदेश प्रताप कैरों दे खासम खास अते उना दे सियासी सलाहकार गुरमुख सिंह बलेर बीजेपी च शामिल हो गए ने। एक वड्डी खबर है अज दे सियासी हलकियां दी, पंजाब दे सियासी हलकियां दी वड्डी खबर है कि गुरमुख सिंह बलेर, दलजीत सिंह वेरका, ए साबका MLA ने दलजीत सिंह वेरका, ए भी बीजेपी च शामिल हो गए। तो इन्हां नूं शामिल करवाया वा केंद्रीय मंत्री गजेंद्र सिंह शेखावत ने। एक वड्डा बीजेपी दा वड्डे लीडर ने गजेंद्र सिंह शेखावत, केंद्रीय मंत्री ने। उन्होंने इन्हां दोनों अकाली लीडरां नूं जिहड़े साबका सरकार दे विच, जदों अकाली सरकार हुंदी सी उदों आदेश प्रताप सिंह कैरों मिनिस्टर होंदे सी, फूड एंड सप्लाई मिनिस्टर होंदे सीगे, ते इह जिहड़े गुरमुख सिंह हैगे आ बलेर, इह उहनां दे खासम खास हुंदे सी, उहनां दे सलाहकार हुंदे सीगे। ਉਹ ਉਹਨਾਂ ਉਸ ਇਹਨਾਂ ਦੇ ਸ਼ਾਮਿਲ ਹੋਣ ਦੇ ਨਾਲ, ਜਦੋਂ ਇਹ ਸ਼ਾਮਿਲ ਅੱਜ BJP 'ਚ ਜਦੋਂ ਸ਼ਾਮਿਲ ਹੋਏ ਹੈ, ਤਾਂ ਇਹ ਕਿਆਸ ਅਰਾਈਆਂ ਸਿਆਸੀ ਹਲਕਿਆਂ ਦੇ ਵਿੱਚ ਲਗਾਈਆਂ ਜਾ ਰਹੀਆਂ ਨੇ ਕਿ ਆਦੇਸ਼ ਪ੍ਰਤਾਪ ਕੈਰੋਂ ਵੀ ਕਿਤੇ BJP 'ਚ ਸ਼ਾਮਿਲ ਹੋਣ ਤਾਂ ਨਹੀਂ ਜਾ ਰਹੇ, ਕਿਉਂਕਿ ਇਹ ਜਿਹੜੇ ਲੀਡਰ ਦੋ ਸ਼ਾਮਿਲ ਹੋਏ ਨੇ, ਉਹਨਾਂ 'ਚੋਂ ਇੱਕ ਲੀਡਰ ਜਿਹੜੇ ਹੈਗੇ ਬਲੇਅਰ ਜਿਹੜੇ ਹੈਗੇ ਆ, ਉਹ ਆਦੇਸ਼ ਪ੍ਰਤਾਪ ਕੈਰੋਂ ਦੇ ਬਹੁਤ ਹੀ ਖਾਸਮ ਖਾਸ ਮੰਨੇ ਜਾਂਦੇ ਨੇ। ਅਤੇ ਆਦੇਸ਼ ਪ੍ਰਤਾਪ ਕੈਰੋਂ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਰੁਤਬਾ ਰੱਖਦੇ ਨੇ ਅਤੇ ਉਹਨਾਂ ਦੀ ਰਿਸ਼ਤੇਦਾਰੀ ਕਿਸ ਪਰਿਵਾਰ ਦੇ ਨੇ ਦੇ ਨਾਲ ਹੈ, ਇਹ ਵੀ ਇੱਕ ਵੱਡਾ ਨਾਮ ਹੈ ਔਰ ਵੱਡਾ ਚਰਚਾ ਦਾ ਵਿਸ਼ਾ ਹੈ ਕਿ ਜੇਕਰ ਉਹ ਪੰਜਾਬ BJP 'ਚ ਸ਼ਾਮਿਲ ਹੁੰਦੇ ਨੇ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡੀ ਹਲਚਲ ਹੁੰਦੀ ਹੈ। ਇਸ ਦੇ ਵਿੱਚ, ਇਸ ਮਾਮਲੇ ਦੇ ਵਿੱਚ ਅਸੀਂ ਵਧੇਰੇ ਜਾਣਕਾਰੀ ਲੈਣ ਵਾਸਤੇ ਆਪਣੇ ਸਹਿਯੋਗੀ ਰਿਮਾਂਸ਼ੂ ਗਾਬਾ ਨਾਲ ਗੱਲ ਕਰਨ ਜਾ ਰਹੇ ਹਾਂ। ਹਾਂਜੀ ਰਿਮਾਂਸ਼ੂ ਜੀ, ਤੁਸੀਂ ਦੱਸੋ ਕਿ ਤੁਹਾਡੇ ਕੋਲ ਕੀ ਜਾਣਕਾਰੀ ਹੈ ਇਹਦੇ ਵਿੱਚ? ਜਾਣਕਾਰੀ ਤੋਂ ਨਾਲ ਜ਼ਿਆਦਾ ਜੇ ਆਪਾਂ ਇਸ ਚੀਜ਼ ਦਾ ਜੇ ਵਿਸ਼ਲੇਸ਼ਣ ਕਰੀਏ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਰਾਣਾ ਜੀ, ਕਿ ਕੀ ਆਦੇਸ਼ ਪ੍ਰਤਾਪ ਸਿੰਘ ਕੈਰੋਂ BJP ਸ਼ਾਮਿਲ ਤਾਂ ਨਹੀਂ ਹੋਣ ਜਾ ਰਹੇ, ਤਾਂ ਇਹ ਸਵਾਲ ਇਸ ਕਰਕੇ ਖੜਾ ਹੋਇਆ ਕਿਉਂਕਿ ਜਿਹੜੇ ਬਲੇਅਰ ਸਿੰਘ ਬਹੁਤ ਖਾਸਮ ਖਾਸ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਖੁਦ ਨੂੰ ਪੋਲੀਟੀਕਲ ਐਡਵਾਈਜ਼ਰ ਸੀਗੇ ਉਹਨਾਂ ਦੇ, ਔਰ ਜਿੰਨੀ ਵੀ ਰਣਨੀਤੀਆਂ ਹੁੰਦੀਆਂ ਸੀਗੀਆਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤਾਂ ਆਪ ਘੱਟ ਸਾਹਮਣੇ ਆਉਂਦੇ ਸੀਗੇ, ਤਾਂ ਹਮੇਸ਼ਾ ਜਿਹੜੇ ਬਲੇਅਰ ਸਿੰਘ ਨੇ ਇਹੀ ਅੱਗੇ ਵਿਖਾਈ ਦਿੰਦੇ ਸੀਗੇ। ਤਾਂ ਸਾਨੂੰ ਇਸ ਚੀਜ਼ ਨੂੰ ਸਮਝਣ ਦੇ ਲਈ ਪਹਿਲਾਂ 2022 ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਜਾਣਾ ਪਏਗਾ, ਜਦੋਂ ਖੇਮਕਰਨ ਸੀਟ ਨੂੰ ਲੈ ਕੇ ਬਹੁਤ ਵਿਵਾਦ ਚੱਲ ਰਿਹਾ ਸੀਗਾ, ਕਿਉਂਕਿ ਜਿਹੜੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਇਹਨਾਂ ਦੀ ਜੱਦੀ ਸੀਟ ਹੈ, ਇਹਨਾਂ ਦੀ ਮਾਖਣ ਜਿਹੜੀ ਸੀਟ ਤੇ ਲੜਦੇ ਆ ਰਹੇ ਨੇ ਉਹ ਪੱਟੀ ਹੈ, ਔਰ ਨਾਲ ਲੱਗਦਾ ਖੇਮਕਰਨ ਹਲਕੇ ਦੇ ਵਿੱਚ ਵੀ ਇਹਨਾਂ ਨੇ ਪੋਲੀਟੀਕਲ ਜਿਹੜੀ ਐਕਟੀਵਿਟੀਆਂ ਵਧਾ ਦਿੱਤੀਆਂ ਸੀਗੀਆਂ, ਜਿਸ ਤੋਂ ਬਾਅਦ ਦੇਖਿਆ ਜਾ ਰਿਹਾ ਸੀਗਾ ਕਿ ਬਾਦਲ ਪਰਿਵਾਰ ਔਰ ਕੈਰੋਂ ਪਰਿਵਾਰ ਦੇ ਵਿੱਚ ਦੂਰੀਆਂ ਨਜ਼ਰ ਆ ਰਹੀਆਂ ਸੀਗੀਆਂ ਉੱਥੋਂ ਦੀ। ਹਾਲਾਂਕਿ ਪ੍ਰਧਾਨ ਵਾਰ ਵਾਰ ਕਹਿੰਦੇ ਸੀਗੇ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਕਿ ਵਿਰਸਾ ਸਿੰਘ ਬਲਟੂਆ ਇਲੈਕਸ਼ਨ ਲੜਨਗੇ, ਪਰ ਬਾਵਜੂਦ ਇਸ ਦੇ ਜਿਹੜੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਖੇਮਕਰਨ ਹਲਕੇ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕਰ ਰਹੇ ਸੀਗੇ ਆਪਣੀ ਲਈ ਸੀਟ, ਆਪਣੀ ਵਾਈਫ ਦੇ ਲਈ ਸੀਟ, ਯਾਨੀ ਕਿ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਸਿਸਟਰ ਨੇ ਉਹਨਾਂ ਦੇ ਵਾਸਤੇ ਉਹ ਕਹਿ ਰਹੇ ਸੀਗੇ ਕਿ ਉੱਥੋਂ ਦੀ ਉਮੀਦਵਾਰ ਉਹਨਾਂ ਨੂੰ ਉਤਾਰਨਗੇ। ਤਾਂ ਉਦੋਂ ਹੀ ਜਿਹੜੀਆਂ ਦੂਰੀਆਂ ਜਿਹੜੀਆਂ ਨੇ ਉਹ ਸਿਆਸੀ ਹਲਕਿਆਂ ਦੇ ਵਿੱਚ ਬਾਦਲ ਪਰਿਵਾਰ ਔਰ ਕੈਰੋਂ ਪਰਿਵਾਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਸੀਗੀ, ਸਿਆਸੀ ਦੂਰੀਆਂ ਆਪਾਂ ਇਹਨੂੰ ਕਹਿ ਸਕਦੇ ਹਾਂ। ਬਾਅਦ ਚ ਜਦੋਂ ਬਿਰਸਾ ਸਿੰਘ ਬਲਟੂਆ ਨੂੰ ਅਕਾਲੀ ਦਲ ਨੇ ਖੇਮਕਰਨ ਤੋਂ ਆਪਣਾ ਉਮੀਦਵਾਰ ਐਲਾਨਿਆ, ਤਾਂ ਉਸ ਤੋਂ ਬਾਅਦ ਕੋਈ ਇਹੋ ਜਿਹੀ ਐਕਟੀਵਿਟੀ ਨਜ਼ਰ ਨਹੀਂ ਆਈ, ਪਰ ਜਦੋਂ ਇਹ ਐਕਟੀਵਿਟੀਆਂ ਨਜ਼ਰ ਆ ਰਹੀਆਂ ਸੀਗੀਆਂ, ਜਦੋਂ ਇਹ ਸਿਆਸੀ ਦੂਰੀਆਂ ਨਜ਼ਰ ਆਉਂਦੀਆਂ ਸੀਗੀਆਂ, ਤਾਂ ਉਦੋਂ ਇਹੀ ਬਲੇਅਰ ਸਿੰਘ ਜਿਹੜੇ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਥਾਂ ਤੇ ਆ ਕੇ ਮੀਡੀਆ ਦੇ ਵਿੱਚ ਆ ਕੇ ਬਿਆਨਬਾਜ਼ੀ ਕਰਦੇ ਸੀਗੇ, ਔਰ ਹਮੇਸ਼ਾ ਇਹ ਕਹਿੰਦੇ ਸੀਗੇ ਕਿ ਜਿਹੜਾ ਫੈਸਲਾ ਕੈਰੋਂ ਸਾਹਿਬ ਨੇ ਕਰ ਲਿਆ ਕਿ ਖੇਮਕਰਨ ਤੋਂ ਅਕਾਲੀ ਦਲ ਦਾ ਉਮੀਦਵਾਰ ਤਾਂ ਕੈਰੋਂ ਪਰਿਵਾਰ ਤੋਂ ਹੀ ਕੋਈ ਨਾ ਕੋਈ ਉਮੀਦਵਾਰ ਹੋਏਗਾ, ਤਾਂ ਉਹ ਉਸ ਲੈਵਲ ਦੀ ਮੈਂ ਇਸ ਕਰਕੇ ਜ਼ਿਕਰ ਕਰ ਰਿਹਾ ਕਿ ਇਸ ਲੈਵਲ ਦੇ ਨਜ਼ਦੀਕੀਆਂ ਸੀਗੀਆਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਔਰ ਗੁਰਨਾਮ ਸਿੰਘ ਬਲੇਅਰ ਦੇ ਵਿੱਚ, ਕਿ ਉਹ ਇੰਨੀ ਇੱਕ ਤਰ੍ਹਾਂ ਦੀ ਸਪੋਕਸਪਰਸਨ ਬਣ ਕੇ ਵੀ ਬੋਲਦੇ ਸੀਗੇ, ਔਰ ਜਿੰਨੀਆਂ ਰਣਨੀਤੀਆਂ ਸੀਗੀਆਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀਆਂ ਸਾਹਮਣੇ ਆ ਕੇ ਬਲੇਅਰ ਸਿੰਘ ਹੀ ਦੱਸਦੇ ਹੁੰਦੇ ਸੀਗੇ। ਔਰ ਹੁਣ ਜਦੋਂ ਬਲੇਅਰ ਸਿੰਘ BJP ਦੇ ਵਿੱਚ ਸ਼ਾਮਿਲ ਹੋਏ ਨੇ, ਤਾਂ ਕਿਤੇ ਨਾ ਕਿਤੇ ਆਪਾਂ ਇਹ ਖਦਸ਼ਾ ਜ਼ਰੂਰ ਜਾਂ ਅੰਦਾਜ਼ਾ ਜ਼ਰੂਰ ਲਗਾ ਸਕਦੇ ਹਾਂ ਕਿ ਕੋਈ ਨਾ ਕੋਈ ਵੱਡੀ ਪੋਲੀਟੀਕਲ ਜਿਹੜੀ ਐਕਟੀਵਿਟੀ ਹੈ ਹੋਣ ਜਾ ਰਹੀ ਹੈ, ਔਰ ਇਹਨੂੰ ਆਪਾਂ ਅਕਾਲੀ ਦਲ ਨਾਲ ਜੋੜ ਕੇ ਦੇਖ ਸਕਦੇ ਹਾਂ, ਯਾਨੀ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਅਗਲੇ ਮੂਵ ਤੇ ਬਹੁਤ ਵੱਡਾ ਸਸਪੈਂਸ ਜਿਹੜਾ ਹੈ ਉਹ ਖੜਾ ਹੋ ਗਿਆ। ਮੈਂ ਇਸ ਕਰਕੇ ਮੈਂ ਪੁਰਾਣੀ ਗੱਲ ਦਾ ਜ਼ਿਕਰ ਕੀਤਾ ਰਾਣਾ ਜੀ, ਕਿ ਸਮਝਣੀ ਬੜੀ ਜ਼ਰੂਰੀ ਸੀ ਕਿ ਇੱਕ ਟਾਈਮ ਤੇ ਆ ਕੇ ਇੱਕ ਸੀਟ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਔਰ ਕੈਰੋਂ ਪਰਿਵਾਰ ਦੇ ਵਿਚਕਾਰ ਜਿਹੜੇ
ਗੱਲਾਂ ਬਾਤਾਂ ਹੋਣੀਆਂ ਬੰਦ ਹੋ ਗਈਆਂ ਸੀ ਔਰ ਇਹ ਬਲੇਰ ਸਿੰਘ ਜੀ ਆ ਕੇ ਬੋਲਦੇ ਹੁੰਦੇ ਸੀਗੇ ਔਰ ਆਪਸ ਦੇ ਵਿੱਚ ਸਹਿਮਤੀ ਵੀ ਨਜ਼ਰ ਨਹੀਂ ਆ ਰਹੀ ਸੀਗੀ ਖੇਮਕਰਨ ਸੀਟ ਨੂੰ ਲੈ ਕੇ, ਯਾਨੀ ਕਿ ਉਦੋਂ ਤੋਂ ਹੀ ਦੂਰੀਆਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਸੀਗੀਆਂ ਸੁਖਬੀਰ ਸਿੰਘ ਬਾਦਲ ਔਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਵਿਚਕਾਰ। ਔਰ ਜਦੋਂ ਹੁਣ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਖਾਸਮ ਖਾਸ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਔਰ ਸਥਿਤੀ ਪਹਿਲਾਂ ਵੀ ਦੋਵਾਂ ਦੇ ਵਿਚਕਾਰ ਠੀਕ ਨਾ ਰਹੀ ਹੋਏ ਤੇ ਇਸੇ ਕਰਕੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਮੂੰਹ ਤੇ ਬਹੁਤ ਵੱਡਾ ਜਿਹੜਾ ਸਵਾਲ ਜਿਹੜਾ ਉਹ ਖੜਾ ਹੋ ਜਾਂਦਾ, ਕਿਉਂਕਿ ਮੈਂ ਫਿਰ ਦੱਸਣਾ ਚਾਹਾਂਗਾ ਜਿਹੜੇ ਬਲੇਰ ਸਿੰਘ ਨੇ ਨਾ ਤੇ MLA ਨੇ ਨਾ ਇਹਨਾਂ ਦੇ ਕੋਲ ਕੋਈ ਇਹੋ ਜਿਹਾ ਅਹੁਦਾ ਰਿਹਾ ਜਿੱਥੇ ਤੱਕ ਮੇਰੇ ਧਿਆਨ ਦੇ ਵਿੱਚ ਹੈ, ਨਾ ਹੀ ਇਹ ਕੋਈ ਇਸ ਤਰ੍ਹਾਂ ਦਾ ਇਹਨਾਂ ਨੇ ਕੋਈ ਇਲੈਕਸ਼ਨ ਲੜਿਆ। ਬਾਵਜੂਦ ਇਸ ਦੇ ਜੇ ਬੀਜੇਪੀ ਨੇ ਇਹਨਾਂ ਨੂੰ ਆਪਣੇ ਨਾਲ ਸ਼ਾਮਲ ਕਰਾਇਆ ਤੇ ਜੇ ਇਹਨਾਂ ਦਾ ਆਪਣਾ ਕੋਈ ਰਾਣਾ ਜੀ ਕੋਈ ਇਹਨਾਂ ਦਾ ਕੋਈ ਆਪਣਾ ਸਟਰੋਂਗ ਬੈਕਅਪ ਲੀਡਰਸ਼ਿਪ ਦੀ ਕੋਈ ਹਿਸਟਰੀ ਨਹੀਂ ਹੈਗੀ ਕਿ ਕੋਈ ਖੁਦ ਹੈ ਚੋਣ ਲੜੇ ਹੋਣੇ ਆ ਜਿੱਤੇ ਹੋਣ, ਸਿਰਫ ਇਹਨਾਂ ਦੀ ਪਹਿਚਾਣ ਇਹੀ ਹੈ ਕਿ ਇਹ ਪੋਲੀਟੀਕਲ ਐਡਵਾਈਜ਼ਰ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ, ਤਾਂ ਫਿਰ ਸਵਾਲ ਕਿਉਂ ਨਾ ਚੁੱਕੇ ਜਾਣ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਅਗਲਾ ਮੂੰਹ ਜਾਂ ਝੁਕਾਅ ਬੀਜੇਪੀ ਵੱਲ ਹੈ ਜਾਂ ਨਹੀਂ? ਇਹ ਬਿਲਕੁਲ ਇਹ ਗੱਲ ਜਿਹੜੀ ਹੈਗੀ ਹੈ, ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਜਿਹੜੇ ਬਲੇਰ ਹੈਗੇ ਨੇ ਇਹ ਗੁਰਮੁਖ ਸਿੰਘ ਬਲੇਰ ਹੈਗੇ ਨੇ ਇਹ ਇੱਕ ਮਤਲਬ ਖਾਸਮ ਖਾਸ ਉਹਨਾਂ ਦੇ ਰਹੇ ਆ, ਤੇ ਇਹ ਤਾਂ ਹੋ ਨਹੀਂ ਸਕਦਾ ਨਾ ਕਿ ਉਹ ਬੀਜੇਪੀ 'ਚ ਜਾਣ ਦਾ ਫੈਸਲਾ ਲੈਂਦੇ ਆ ਤੇ ਕੈਰੋਂ ਸਾਹਿਬ ਨੂੰ ਪਤਾ ਹੀ ਨਾ ਹੋਵੇ ਇਹ ਗੱਲ ਦਾ, ਇਹ ਤਾਂ ਹੋ ਹੀ ਨਹੀਂ ਸਕਦਾ। ਜ਼ਾਹਿਰ ਆ ਕਿ ਜੇ ਉਹਨਾਂ ਨੂੰ ਜੀ ਮੈਂ ਵੀ ਦੱਸ ਰਿਹਾ ਕਿ ਜਦੋਂ ਦੋ ਪਰਿਵਾਰ, ਕਿਉਂਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਔਰ ਸੁਖਬੀਰ ਸਿੰਘ ਬਾਦਲ ਔਰ ਬਾਦਲ ਪਰਿਵਾਰ ਦੇ ਵਿੱਚ, ਕਿਉਂਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਬਾਦ ਨੇ ਬਾਦਲ ਪਰਿਵਾਰ ਦੇ ਸੁਖਬੀਰ ਸਿੰਘ ਬਾਦਲ ਦੀ ਜਿਹੜੇ ਸਿਸਟਰ ਨੇ ਉਹ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਪਤਨੀ ਨੇ, ਤਾਂ ਜਦੋਂ ਇਹ ਇਸ ਤਰ੍ਹਾਂ ਦੀ ਰਿਸ਼ਤੇਦਾਰੀ ਦੇ ਵਿੱਚ ਵੀ ਆ ਕੇ ਜਦੋਂ ਇਸ ਪੋਲੀਟੀਕਲ ਜਦੋਂ ਦੂਰੀਆਂ ਨਜ਼ਰ ਆਉਂਦੀਆਂ ਸੀਗੀਆਂ ਖੇਮਕਰਨ ਦੀ ਸੀਟ ਨੂੰ ਲੈ ਕੇ ਉਮੀਦਵਾਰੀ ਨੂੰ ਲੈ ਕੇ, ਤਾਂ ਇਹ ਗੁਰਮੁਖ ਸਿੰਘ ਬਲੇਰ ਹੀ ਆਦੇਸ਼ ਪ੍ਰਤਾਪ ਸਿੰਘ ਖੈਰੋਂ ਦੇ ਬਿਹਾਫ ਤੇ ਆ ਕੇ ਬੋਲਦੇ ਹੁੰਦੇ ਸੀਗੇ। ਤਾਂ ਇਸ ਚੀਜ਼ ਨੂੰ ਸਾਨੂੰ ਸਮਝਣਾ ਹੋਏਗਾ ਕਿ ਜਦੋਂ ਗੁਰਮੁਖ ਸਿੰਘ ਬਲੇਰ ਵਰਗਾ ਵਿਅਕਤੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਥਾਂ ਤੇ ਆ ਕੇ ਜਵਾਬ ਪਾਰਟੀ ਲੀਡਰਸ਼ਿਪ ਨੂੰ ਦੇਵੇ ਔਰ ਪਾਰਟੀ ਦਾ ਪ੍ਰਧਾਨ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਇੰਨਾ ਕਰੀਬੀ ਰਿਸ਼ਤੇਦਾਰ ਹੋਵੇ, ਤਾਂ ਤੁਸੀਂ ਆਪ ਸਮਝ ਸਕਦੇ ਹੋ ਕਿ ਗੁਰਮੁਖ ਸਿੰਘ ਜਿਹੜਾ ਬਲੇਰ ਹੈ ਉਹ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਕਿੰਨਾ ਨਜ਼ਦੀਕ ਔਰ ਪੋਲੀਟੀਕਲ ਐਡਵਾਈਜ਼ਰ ਨੇ ਉਹਨਾਂ ਦੇ, ਔਰ ਜਦੋਂ ਪੋਲੀਟੀਕਲ ਐਡਵਾਈਜ਼ਰ ਬੀਜੇਪੀ ਦੇ ਵਿੱਚ ਸ਼ਾਮਲ ਹੋ ਜੇ ਤਾਂ ਆਪਾਂ ਨੂੰ ਦੇਖਣਾ ਪਊਗਾ ਕਿ ਬੀਜੇਪੀ ਵੀ ਜੇ ਗੁਰਮੁਖ ਸਿੰਘ ਬਲੇਰ ਨੂੰ ਆਪਣੇ ਨਾਲ ਸ਼ਾਮਲ ਕਰਾ ਰਹੀ ਹੈ ਤੇ ਉਹਦੇ ਪਿੱਛੇ ਕੋਈ ਹੋਰ ਵੱਡਾ ਕਾਰਨ ਹੈ ਜਾਂ ਨਹੀਂ, ਔਰ ਇਹ ਕਾਰਨ ਨਜ਼ਰ ਆ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੋਈ ਵੱਡਾ ਮੂਵ ਜ਼ਰੂਰ ਲੈ ਸਕਦੇ ਨੇ, ਇਹ ਜੋ ਜਿੰਨਾ ਕੁ ਹੁਣ ਇਸ ਐਕਟੀਵਿਟੀ ਨਾਲ ਆਪਾਂ ਨੂੰ ਸਮਝ ਆ ਰਿਹਾ ਹੈ। ਯਾਨੀ ਤੁਸੀਂ ਇਹ ਕਹਿ ਕੇ ਤੁਹਾਡੀ ਸਾਰੀਆਂ ਗੱਲਾਂ ਤੋਂ ਇਹ ਅੰਦਾਜ਼ਾ ਲੱਗਦਾ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਫੈਸਲਾ, ਇੱਕ ਵੱਡਾ ਮੂਵ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ, ਕਿਉਂਕਿ ਬੀਜੇਪੀ ਦਾ ਕੁਨਬਾ ਵੱਧ ਰਿਹਾ ਲਗਾਤਾਰ। ਬੀਜੇਪੀ 'ਚ ਕਈ ਵੱਡੇ ਲੀਡਰ ਜਿਹੜੇ ਹੈਗੇ ਆ ਵੱਖ ਵੱਖ ਪਾਰਟੀਆਂ ਤੋਂ, ਅਕਾਲੀ ਦਲ ਤੋਂ ਔਰ ਕਾਂਗਰਸ ਤੋਂ ਵੱਡੇ ਲੀਡਰ ਜਿਹੜੇ ਹੈਗੇ ਬੀਜੇਪੀ 'ਚ ਸ਼ਾਮਲ ਹੋ ਚੁੱਕੇ ਨੇ, ਅਤੇ ਅੱਜ ਅਕਾਲੀ ਦਲ ਦਾ ਇੱਕ ਵੱਡਾ ਚਿਹਰਾ ਜਿਹੜੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੈਗੇ ਉਹਨਾਂ ਦਾ ਸਿਆਸੀ ਸਲਾਹਕਾਰ ਜਿਹੜੇ ਹੈਗੇ ਆ ਗੁਰਮੁਖ ਸਿੰਘ ਬਲੇਰ ਉਹ ਬੀਜੇਪੀ 'ਚ ਸ਼ਾਮਲ ਹੋ ਗਏ ਨੇ। ਯਾਨੀ ਕਹਿਣ ਦਾ ਮਤਲਬ ਇਹ ਹੈ ਕਿ ਅਗਲਾ ਮੂਵ ਜਿਹੜਾ ਹੈਗਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਕੀ ਹੋਏਗਾ, ਕਿਉਂਕਿ ਦੂਰੀਆਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਜੇ ਉਹ ਦੂਰੀਆਂ ਉਹ ਮਨ ਮੁਟਾਵ ਅੱਜ ਵੀ ਦਿਮਾਗ ਦੇ ਵਿੱਚ ਹੈਗਾ ਤੇ ਇਹ ਫੈਸਲਾ ਇਸ ਫੈਸਲੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਇਹ ਕਹਿ ਸਕਦੇ ਹੋ? ਜੇ ਤੁਸੀਂ ਦਰਸ਼ਕਾਂ ਨੂੰ ਆਪਸੀ ਲਾਈਵ ਹੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਦਰਸ਼ਕਾਂ ਨੂੰ ਹੋਰ ਇਸ ਬਾਰੇ ਜਾਣਕਾਰੀ ਦਿੰਦੇ ਰਹੋ ਤੇ ਮੈਂ ਤੁਹਾਨੂੰ ਨਾਲ ਇੱਕ ਮਿੰਟ ਬਾਅਦ ਫਿਰ ਜੁੜ ਸਕਦਾ, ਕਿਉਂਕਿ ਆਪਾਂ ਇਸੇ ਸੰਬੰਧੀ ਹੋਰ ਜਾਣਕਾਰੀ ਜਿਹੜੇ ਆਪਣੇ ਸੋਰਸ ਤੋਂ ਇਕੱਠੀ ਕਰਕੇ ਆਪਣੇ ਦਰਸ਼ਕਾਂ ਨੂੰ ਲਾਈਵ ਹੀ ਹੁਣੇ ਦੇ ਸਕਦੇ ਹਾਂ। ਮੇਰਾ ਸੋਰਸ ਮੇਰੇ ਨਾਲ ਕਨੈਕਟ ਹੀ ਕਰ ਰਿਹਾ, ਜੇ ਤੁਸੀਂ ਹੋਰ ਸਾਡੇ ਦਰਸ਼ਕਾਂ ਨੂੰ ਆਪਣੇ ਨਾਲ ਬਣਾਏ ਰੱਖੋ, ਅਸੀਂ ਇੱਕ ਮਿੰਟ ਤੱਕ ਫਿਰ ਦੁਬਾਰਾ ਇਸੇ ਸੰਬੰਧੀ ਇਸ ਪੋਲੀਟੀਕਲ ਐਕਟਿਵਿਟੀ ਨੂੰ ਲੈ ਕੇ ਇੱਕ ਵੱਡੀ ਖਬਰ ਵੀ ਦੇ ਸਕਦੇ ਹਾਂ। ਠੀਕ ਹੈ ਜੀ, ਠੀਕ ਹੈ, ਠੀਕ ਹੈ, ਲਗਾਤਾਰ ਮੈਂ ਦੁਬਾਰਾ ਰਾਬਤਾ ਕਾਇਮ ਕਰਦਾ ਵਾਂ ਜੀ। ਠੀਕ ਹੈ ਜੀ, ਠੀਕ ਹੈ। ਤੁਸੀਂ ਸੁਣਿਆ ਕਿ ਇਹ ਰਿਮਾਂਸ਼ੂ ਗਾਬਾ ਮੇਰੇ ਸਹਿਯੋਗੀ ਇਸ ਗੱਲ ਦਾ ਜ਼ਿਕਰ ਕਰ ਰਹੇ ਸੀ ਕਿ ਗੁਰਮੁਖ ਸਿੰਘ ਬਲੇਰ ਜਿਹੜੇ ਹੈਗੇ ਆ ਇਹ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਇੰਨੀ ਨੇੜੇ ਨੇ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਜੋ ਵੀ ਗੱਲ ਕਹਿਣੀ ਹੁੰਦੀ ਸੀ, ਜੋ ਵੀ ਆਪਣਾ ਫੈਸਲਾ ਸੁਣਾਉਣਾ ਹੁੰਦਾ ਸੀ, ਉਹ ਆਪ ਤਾਂ ਭਾਵੇਂ ਸਾਹਮਣੇ ਨਹੀਂ ਸੀ ਆਉਂਦੇ ਕਿਉਂਕਿ ਰਿਸ਼ਤੇਦਾਰੀ ਦਾ ਮਾਮਲਾ ਸੀਗਾ, ਲੇਕਿਨ ਰਿਸ਼ਤੇਦਾਰੀ ਵੀ ਦੂਸਰੀ ਰਿਸ਼ਤੇਦਾਰੀ ਨਹੀਂ, ਇੱਕ ਰਿਸ਼ਤੇਦਾਰੀ ਵੀ ਇੱਦਾਂ ਦੀ ਹੈਗੀ ਜਿਨ੍ਹਾਂ ਦਾ ਮਾਣ ਸਨਮਾਨ ਰੱਖਣਾ ਇੱਕ ਜ਼ਰੂਰੀ ਹੋ ਜਾਂਦਾ ਜਾਂ ਮਜਬੂਰੀ ਬਣ ਜਾਂਦਾ। ਕਹਿਣ ਦਾ ਮਤਲਬ ਜੇ ਬਾਦਲ ਪਰਿਵਾਰ ਦੇ ਦਮਾਦ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਔਰ ਉਹਨਾਂ ਦੀ ਕੋਈ ਗੱਲ ਨੂੰ ਮੋੜਿਆ ਜਾਂਦਾ ਹੈ ਤਾਂ ਜ਼ਾਹਿਰ ਹੈ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਜਾਂ ਉਹਨਾਂ ਦੇ ਦਿਲ ਦੇ ਵਿੱਚ ਕੋਈ ਨਾ ਕੋਈ ਮਨਮੁਟਾਵ ਜ਼ਰੂਰ ਹੋਏਗਾ। ਅੱਜ ਉਹਨਾਂ ਦੇ ਸਿਆਸੀ ਸਲਾਹਕਾਰ ਜਿਹੜੇ ਹੈਗੇ ਆ ਗੁਰਮੁਖ ਸਿੰਘ ਬਲੇਰ ਉਹ ਬੀਜੇਪੀ 'ਚ ਸ਼ਾਮਲ ਹੋ ਗਏ ਆ, ਤਾਂ ਜਿਸ ਨੂੰ ਲੈ ਕੇ ਇਹ ਕਿਆਸ ਅਰਾਈਆਂ ਜਿਹੜੀਆਂ ਹੈਗੀਆਂ ਪੰਜਾਬ ਦੀ ਸਿਆਸਤ ਦੇ ਵਿੱਚ, ਪੰਜਾਬ ਦੀ ਸਿਆਸਤ ਦੇ ਵਿੱਚ ਇਹ ਲਾਈਆਂ ਜਾ ਰਹੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਕੋਈ ਵੱਡਾ ਮੂਵ ਜਿਹੜਾ ਹੈ, ਵੱਡਾ ਫੈਸਲਾ ਜਿਹੜਾ ਹੈ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਗਰਮਾਹਟ ਲਿਆ ਸਕਦਾ ਹੈ, ਕਿਉਂਕਿ ਬੀ ਜੇ ਪੀ
ਅਕਾਲੀ ਦਲ ਦੇ ਵੱਡੇ ਲੀਡਰ ਸ਼ਾਮਲ ਹੋਏ ਨੇ, ਹੋਰ ਕਈ ਪਾਰਟੀਆਂ ਦੇ ਵੱਡੇ ਲੀਡਰ, ਜਿਹੜੇ ਈਵਨ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਹਟ ਕੇ ਆਪਣਾ ਇੱਕ ਦਲ ਬਣਾਇਆ ਸੀਗਾ, ਆਪਣੀ ਇੱਕ ਪਾਰਟੀ ਬਣਾਈ ਸੀਗੀ ਪੰਜਾਬ ਲੋਕ ਕਾਂਗਰਸ, ਉਹਨਾਂ ਨੇ ਉਸ ਨੂੰ ਉਸ 'ਚ ਮਰਜ ਕੀਤਾ ਔਰ ਆਪ ਵੀ ਬੀਜੇਪੀ 'ਚ ਸ਼ਾਮਲ ਹੋ ਗਏ। ਔਰ ਅਕਸਰ ਬੀਜੇਪੀ ਦੀਆਂ ਵੱਡੀਆਂ ਜਿਹੜੀਆਂ ਸਟੇਜਾਂ ਹੁੰਦੀਆਂ, ਵੱਡੇ ਮੰਚ ਜਿਹੜੇ ਹੁੰਦੇ ਆ ਉਹਦੇ 'ਤੇ ਉਹ ਨਜ਼ਰ ਵੀ ਆਉਂਦੇ ਨੇ, ਅਤੇ ਇਹ ਵੱਡੇ ਲੀਡਰ ਜਿਹੜੇ ਹੈਗੇ ਆ ਇਹ ਬੀਜੇਪੀ 'ਚ ਸ਼ਾਮਲ ਹੋਣ, ਜਦੋਂ ਐਡੇ ਵੱਡੇ ਨਾਮ ਜਿਨ੍ਹਾਂ ਦਾ ਸਿਆਸੀ ਕਰੀਅਰ ਬੜਾ ਲੰਮਾ ਹੈ ਲੇਕਿਨ ਕਿਸੇ ਹੋਰ ਪਾਰਟੀ ਦੇ ਨਾਲ ਉਹਨਾਂ ਦੇ ਕਰੀਅਰ ਲੰਮੇ ਹੈਗੇ ਆ, ਅਤੇ ਉਸ ਤੋਂ ਬਾਅਦ ਉਹ ਇੱਕ ਬੀਜੇਪੀ 'ਚ ਸ਼ਾਮਲ ਹੁੰਦੇ, ਜਿਹੜੀ ਬੀਜੇਪੀ ਕਾਫੀ ਸਾਲਾਂ ਤੱਕ ਅਕਾਲੀ ਦਲ ਦੇ ਨਾਲ ਅਲਾਇੰਸ ਕਰਕੇ ਇਲੈਕਸ਼ਨ ਲੜਦੀ ਰਹੀ ਹੋਵੇ, 23 ਸੀਟਾਂ 'ਤੇ ਸਿਰਫ ਇਲੈਕਸ਼ਨ ਲੜਦੀ ਹੋਵੇ, ਅਤੇ ਹੁਣ ਬੀਜੇਪੀ ਪੰਜਾਬ ਦੇ ਵਿੱਚ ਆਪਣਾ ਕੁਨਬਾ ਵਧਾ ਕੇ, ਆਪਣਾ ਸਿਆਸੀ ਕੁਨਬਾ ਵਧਾ ਕੇ ਔਰ ਅਗਲੇ ਇਲੈਕਸ਼ਨ ਦੇ ਵਿੱਚ ਤਿਆਰੀ ਕਰਦੀ ਹੋਵੇ ਇੰਡੀਪੈਂਡੈਂਟ ਲੜਨ ਦੀ, ਅਤੇ ਇਹ ਇੱਕ ਵੱਡਾ ਫੈਸਲਾ ਜਿਹੜਾ ਇਹ ਮੰਨਿਆ ਜਾ ਸਕਦਾ ਹੈ। ਮੇਰੇ ਨਾਲ ਫਿਰ ਮੇਰੇ ਸਹਿਯੋਗੀ ਰਿਮਾਂਸ਼ੂ ਗਾਬਾ ਜੁੜ ਗਏ ਨੇ, ਦੇਖਦੇ ਹਾਂ ਉਹਨਾਂ ਕੋਲ ਕੀ ਨਵੀਂ ਜਾਣਕਾਰੀ ਆਈ ਹੈ। ਹਾਂਜੀ ਰਿਮਾਂਸ਼ੂ, ਚਰਚਾ ਕਰ ਹੀ ਰਹੇ ਹਾਂ ਕਿ ਸਸਪੈਂਸ ਆਦੇਸ਼ ਪ੍ਰਤਾਪ ਸਿੰਘ ਗਹਿਲੋਤ ਦੀ ਮੂਵ ਨੂੰ ਲੈ ਕੇ ਜ਼ਰੂਰ ਤਰਨ ਤਾਰਨ ਹਲਕੇ ਦੇ ਵਿੱਚ ਖੇਮਕਰਨ ਪੱਟੀ ਹਲਕੇ ਦੇ ਵਿੱਚ ਖੜਾ ਹੋ ਗਿਆ, ਕਿਉਂਕਿ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਬੜੇ ਖਾਸਮ ਖਾਸ ਨੇ ਗੁਰਮੁਖ ਸਿੰਘ ਬਲੇਰ, ਆਦੇਸ਼ ਪ੍ਰਤਾਪ ਸਿੰਘ ਗਹਿਲੋਤ ਦੇ, ਔਰ ਜਦੋਂ ਆਪਾਂ ਯਾਦ ਕਰਦੇ ਹਾਂ 2022 ਦੀ ਸਟਾਰਟਿੰਗ ਦੇ ਵਿੱਚ ਉਦੋਂ ਜੇ ਦੂਰੀਆਂ ਆਈਆਂ ਸੀ ਕਿ ਇਹ ਸਸਪੈਂਸ ਜਿਹੜਾ ਜ਼ਰੂਰ ਖੜਾ ਜਾਂਦਾ, ਔਰ ਇਹਦੇ ਨਾਲ ਇੱਕ ਹੋਰ ਕਾਰਨ ਜਿਹੜਾ ਗੁਰਮੁਖ ਸਿੰਘ ਬਲੇਰ ਦਾ ਬੀਜੇਪੀ ਜੁਆਇਨ ਕਰਨ ਦਾ, ਇਹ ਵੀ ਹੋ ਸਕਦਾ ਹੈ ਕਿਉਂਕਿ ਲਗਾਤਾਰ ਹਰੀਕੇ ਲੰਡਾ ਗੈਂਗਸਟਰ ਦੇ ਵੱਲੋਂ ਗੁਰਮੁਖ ਸਿੰਘ ਬਲੇਰ ਨੂੰ ਪਿਛਲੇ ਦਿਨਾਂ ਦੇ ਵਿੱਚ ਧਮਕੀਆਂ ਆਈਆਂ ਸੀਗੀਆਂ, ਤਾਂ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਜਦੋਂ ਵੱਡੀ ਪਾਰਟੀ ਨਾਲ ਔਰ ਸੈਂਟਰ ਲੀਡਰਸ਼ਿਪ ਦੇ ਨਾਲ ਜੁੜ ਕੇ ਕਿਤੇ ਨਾ ਕਿਤੇ ਸਿਕਿਉਰਿਟੀ ਕਵਰ ਜਿਹੜਾ ਹੈ ਬੰਦੇ ਨੂੰ ਮਿਲ ਜਾਂਦਾ ਔਰ ਉਹ ਸੇਫ ਫੀਲ ਕਰਦਾ ਹੈ, ਕਿਉਂਕਿ ਕੋਈ ਵੱਡਾ ਗੈਂਗਸਟਰ ਹਰੀਕੇ ਲੰਡਾ ਵੀ ਇਸ ਵੇਲੇ ਉਹਦਾ ਵੀ ਜੁਰਮ ਦੀ ਦੁਨੀਆਂ ਦੇ ਵਿੱਚ ਉਹਦਾ ਨਾਮ ਲਗਾਤਾਰ ਵੱਧਦਾ ਜਾ ਰਿਹਾ ਔਰ ਲਗਾਤਾਰ ਉਹਦੀ ਜਿਹੜੀ ਦੁਸ਼ਮਣੀ ਹੈ ਗੁਰਮੁਖ ਸਿੰਘ ਬਲੇਰ ਦੇ ਨਾਲ, ਉਹ ਗੁਰਮੁਖ ਸਿੰਘ ਬਲੇਰ ਆਪ ਵੀ ਕਈ ਵਾਰ ਜ਼ਿਕਰ ਕਰ ਚੁੱਕੇ ਨੇ, ਕਈ ਵਾਰ ਉਹਨਾਂ ਨੇ ਵੀ ਸ਼ਿਕਾਇਤਾਂ ਦਿੱਤੀਆਂ ਨੇ ਕਿ ਉਹ ਉਹਨਾਂ ਤੇ ਹਮਲਾ ਕਰਨਾ ਚਾਹੁੰਦਾ, ਉਹਨਾਂ ਨੂੰ ਧਮਕੀਆਂ ਦੇ ਰਿਹਾ, ਫੋਨ ਕਰਦਾ, ਕਈ ਵਾਰ ਗੁਰਮੁਖ ਸਿੰਘ ਬਲੇਰ ਨੇ ਆਪ ਵੀ ਪਹਿਲਾਂ ਵੀਡੀਓਜ਼ ਪਾਈਆਂ ਸੀਗੀਆਂ, ਤਾਂ ਕਾਰਨ ਇਹਨੂੰ ਆਪਾਂ ਇੱਕ ਕਾਰਨ ਇਹ ਵੀ ਆਪਾਂ ਨਾਲ ਜੋੜ ਸਕਦੇ ਹਾਂ, ਦੂਸਰਾ ਕਾਰਨ ਜੇ ਆਪਾਂ ਸੋਚੀਏ ਕਿ ਸਸਪੈਂਸ ਖੜਾ ਹੁੰਦਾ ਕਿ ਨਹੀਂ, ਉਹ ਜ਼ਰੂਰ ਖੜਾ ਹੁੰਦਾ ਕਿਉਂਕਿ ਗੁਰਮੁਖ ਸਿੰਘ ਬਲੇਰ ਦੇ ਜਾਣ ਤੋਂ ਬਾਅਦ ਆਦੇਸ਼ ਪ੍ਰਤਾਪ ਸਿੰਘ ਕਹਿਰੋ ਕੀ ਗੁਰਮੁਖ ਸਿੰਘ ਬਲੇਰ ਆਦੇਸ਼ ਪ੍ਰਤਾਪ ਸਿੰਘ ਕਹਿਰੋ ਦੀ ਸਹਿਮਤੀ ਤੋਂ ਬਾਅਦ ਬੀਜੇਪੀ 'ਚ ਗਏ ਨੇ, ਹਾਂ ਜਾਂ ਨਾ, ਇਹ ਇੱਕ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਹੈ। ਜੀ ਜੀ ਰਿਵਾਂਸ਼ੂ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਕਾਫੀ ਜਾਣਕਾਰੀ ਜਿਹੜੀ ਹੈ ਦਿੱਤੀ ਹੈ, ਲੇਕਿਨ ਇਹ ਵਾਕਈ ਪੰਜਾਬ ਦੇ ਸਿਆਸੀ ਹਲਕਿਆਂ ਲਈ ਇੱਕ ਵੱਡੀ ਖਬਰ ਹੈ ਕਿ ਇੱਕ ਵੱਡੇ ਲੀਡਰ ਜਿਹੜੇ ਵੱਡੇ ਪਰਿਵਾਰ ਦੇ ਨਾਲ, ਸਿਆਸੀ ਪਰਿਵਾਰ ਦੇ ਨਾਲ ਜੁੜਿਆ, ਜਿਹੜਾ ਸਿਆਸੀ ਜਿਹਨਾਂ ਦਾ ਸਿਆਸੀ ਕਰੀਅਰ ਬਹੁਤ ਲੰਮਾ ਹੈ, ਉਸ ਪਰਿਵਾਰ ਦੇ ਜਿਹੜੇ ਦਮਾਦ ਨੇ ਔਰ ਉਹਨਾਂ ਦੀ ਸਰਕਾਰ ਦੇ ਵਿੱਚ ਮੰਤਰੀ ਰਹੇ ਨੇ, ਇੱਕ ਵੱਡਾ ਨਾਮ ਹੈ ਔਰ ਇੱਕ ਖਾਸ ਹਲਕਾ ਹੈ ਉਹਨਾਂ ਦਾ ਸੀਟ 'ਤੇ ਲੜਨ ਵਾਲਾ, ਔਰ ਉਹਨਾਂ ਦਾ ਇੱਕ ਸਿਆਸੀ ਜਿਹੜਾ ਸਲਾਹਕਾਰ ਹੈ ਲੀਡਰ ਉਹ ਕਿਸੇ ਹੋਰ ਪਾਰਟੀ 'ਚ ਯਾਨੀ ਬੀਜੇਪੀ 'ਚ ਸ਼ਾਮਲ ਹੋ ਜਾਂਦਾ ਹੈ, ਅਤੇ ਜ਼ਾਹਿਰ ਹੈ ਕਿ ਇਹ ਸੋਚਿਆ ਜਾ ਸਕਦਾ ਹੈ, ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ਇਹ ਕਿਆਸ ਅਰਾਈਆਂ ਵੀ ਲਗਾਈਆਂ ਜਾ ਸਕਦੀਆਂ ਨੇ ਕਿ ਆਦੇਸ਼ ਪ੍ਰਤਾਪ ਸਿੰਘ ਕਹਿਰੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਫੈਸਲਾ ਲੈ ਸਕਦੇ ਨੇ, ਔਰ ਜੇਕਰ ਆਦੇਸ਼ ਪ੍ਰਤਾਪ ਸਿੰਘ ਕਹਿਰੋਂ ਅਜਿਹਾ ਕੋਈ ਵੱਡਾ ਫੈਸਲਾ ਲੈਂਦੇ ਨੇ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਭੁਚਾਲ ਜਿਹੜਾ ਆ ਉਹ ਆਏਗਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਅਜਿਹੀਆਂ ਹੀ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਾਂਗੇ, ਹੁਣ ਇਜਾਜ਼ਤ ਦਿਓ, ਨਮਸਕਾਰ। ਜੇ ਅੱਗੇ ਵਧਣਾ ਤਾਂ ਸਿੱਖਣਾ ਜ਼ਰੂਰੀ ਹੈ, ਔਰ ਸਿੱਖਣ ਲਈ ਕਿਸੇ ਚੰਗੀ ਚੀਜ਼ ਤੋਂ ਲੈਣਾ ਪੈਂਦਾ ਹੈ ਸਬਕ। ਦੈਨਿਕ ਸਵੇਰਾ ਤੁਹਾਡੇ ਲਈ ਲੈ ਕੇ ਆ ਰਿਹਾ ਪੰਜਾਬੀ ਮੀਡੀਆ ਦਾ ਸਭ ਤੋਂ ਵੱਖਰਾ ਪ੍ਰੋਗਰਾਮ ਸਬਕ।